ਅਮਨ ਰਹੀਮ ਅਸਲਾਮ ਅਲੈਕੁਮ ਜੀ ਮੇਰੇ ਭੈਣ ਭਰਾਓ ਕੀ ਹਾਲ ਆ। ਉਮੀਦ ਹੈ ਕਿ ਤੁਸੀਂ ਖਰੀਅਤ ਦੇ ਨਾਲ ਹੋਵੋਗੇ ਜੀ। ਅੱਜ ਦੇ ਵਲੋਗ ਦਾ ਆਗਾਜ਼ ਕਰ ਰਹੇ ਹਾਂ, ਤੋ ਜਿਹੜੇ ਵੀ ਅਸੀਂ ਵਲੋਗ ਬਣਾਵਾਂਗੇ ਜ਼ਬਰਦਸਤ ਵਲੋਗ ਹੋਣਗੇ, ਜ਼ਰੂਰ ਦੇਖਿਓ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ। ਅੱਛਾ ਜੀ, ਬਾਰਿਸ਼ ਸ਼ੁਰੂ ਹੋ ਗਈ ਆ, ਬੱਦਲ ਸੁਬਹਾ ਤਾਂ ਬੜਾ ਆਉਂਦਾ ਪਿਆ ਸੀ ਅਤੇ ਇਹ ਹੋ ਗਈ ਆ ਬਾਰਿਸ਼ ਸ਼ੁਰੂ। ਮਾਰ ਮੋਟਰਾਂ ਦੋਨੇ ਢੱਕੀਆਂ ਹੋਈਆਂ ਬੇਟਾ, ਦੇਖ ਲਓ ਬਾਹਰ, ਫਿਰ ਵੀ ਕੋਈ ਚੀਜ਼ ਬਾਹਰ ਭੇਜਣ ਵਾਲੀ ਤਾਂ ਨਹੀਂ ਮੇਰਾ ਬੇਟਾ। ਅੱਛਾ ਜੀ, ਅੱਜ ਜੁੰਮਾ ਸੀ ਅਤੇ ਅੱਲਾਹ ਦਾ ਸ਼ੁਕਰ ਆ ਗਰਮੀ ਘੱਟ ਜੂਗੀ, ਬਾਰਿਸ਼ ਆ ਗਈ ਹੈ ਨਾ ਮਾਰ, ਅੱਲਾਹ ਪਾਕ ਦਾ ਲੱਖ ਲੱਖ ਵਾਰੀ ਸ਼ੁਕਰ, ਅੱਲਾਹ ਨੇ ਮੌਸਮ ਠੰਡਾ ਕਰਤਾ। ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡਾ ਘਰ ਸਮਾਨ ਪਹੁੰਚ ਗਿਆ ਅੰਦਰ ਰੂਮਾਂ 'ਚ ਰੱਖ ਦਿੱਤਾ ਅਤੇ ਹੁਣ ਬਾਰਿਸ਼ ਆਈ ਹੈ, ਜੇ ਕਿਤੇ ਰਸਤੇ 'ਚ ਹੁੰਦਾ ਭੇਜ ਜਾਣਾ ਸੀ, ਸਾਰਾ ਸਮਾਨ ਖਰਾਬ ਹੋ ਜਾਣਾ ਸੀ ਨਾ। ਮਾਰ ਆ ਜਾ, ਦੂਸਰੀ ਸਾਈਡ 'ਤੇ ਚੱਲੀਏ। ਕਿਆ ਕਰੂੰ ਜੀਆਂ, ਨਹੀਂ ਮੈਂ ਤੇ ਅੱਜ ਨਾ ਸ਼ੁਕਰ ਇਹ ਮੈਂ ਅਦਾ ਕਰਦੀ ਕਿ ਸਮਾਨ ਘਰ ਪਹੁੰਚ ਗਿਆ, ਰੂਮਾਂ 'ਚ ਰੱਖ ਲਿਆ ਅਤੇ ਫਿਰ ਆਈ ਹੈ ਬਾਰਿਸ਼। ਅਗਰ ਰਸਤੇ 'ਚ ਆ ਜਾਂਦੀ ਉਹਦੇ ਉੱਤੇ ਕੋਈ ਤਰਪਾਲ ਕੋਈ ਛੱਤ ਨਹੀਂ ਸੀ। ਅੱਛਾ, ਪਾਣੀ ਆ ਜਾਂਦਾ, ਸੋਫਾ ਸਾਰਾ ਖਰਾਬ ਹੋ ਜਾਣਾ ਸੀ ਅਤੇ ਦੂਸਰਾ ਸਮਾਨ ਵੀ ਗਲ ਜਾਣਾ ਸੀ, ਦੂਸਰਾ ਸਮਾਨ ਵੀ ਗਲ ਜਾਣਾ ਸੀ। ਸੁੱਕਾ ਸੁੱਕਾ ਅੱਲਾ ਪਾਕ ਤੇਰਾ ਬਹੁਤ ਬਹੁਤ ਸ਼ੁਕਰ। ਕਿਆ ਹੋ ਗਿਆ, ਇਧਰ ਆ ਕੇ ਬਤਾਓ, ਇਧਰ ਆ ਕੇ ਬਤਾਓ, ਹੈਂ ਉੱਤੋਂ ਬਾਰਿਸ਼ ਆ ਗਈ? ਨਹੀਂ ਨਹੀਂ ਨਹੀਂ, ਇਹ ਕਹਿੰਦਾ ਉੱਤੋਂ ਬਾਰਿਸ਼ ਆ ਗਈ। ਉਹ ਤਾਰ ਤੇ ਆ ਦੋ ਟਾਂਗੀਆਂ ਲਈ ਫਿਰਦੇ ਆ, ਇਹ ਫਿਰ ਉੱਤਰ ਜਾਂਦੇ ਆ ਐਵੇਂ ਕਬੂਤਰ। ਕਿਸੇ ਦਾ ਤੇ ਨਹੀਂ ਫੜਿਆ ਜਾਂਦਾ, ਤੁਹਾਨੂੰ ਕਿਹਾ ਸੀ ਫੋਮ ਜੇ ਸਾਰੇ ਚੱਕ ਲਓ ਕਿਤੇ ਕੰਮੇ ਆ ਜਾਂਦੇ ਆ, ਸਾਰੇ ਉੱਡ ਗਏ ਲਾ ਉੱਥੇ ਚਲ ਗਏ ਗਾਰਡਨ 'ਚ। ਉਹ ਚਾਦਰ ਤਾਂ ਮਾਰ ਚੁੱਕ ਲਿਆ, ਆਈਟਾਂ ਤਾਂ ਰੱਖ ਗਿਆ। ਅੱਛਾ, ਰਾਤ ਵੀ ਜਦੋਂ ਅਸੀਂ ਇੱਥੇ ਪਏ ਸੀਗੇ, ਰਾਤ ਵੀ ਇੰਨੀ ਠੰਡੀ ਹਵਾ ਤੇ ਇੰਨੀ ਜ਼ੋਰਾਂ ਦੀ, ਸਾਡੇ ਜਾਨਮਾਜ ਇੱਥੇ ਲੱਗ ਗਏ ਪਏ ਸੀ, ਉੱਡ ਕੇ ਉਹ ਉੱਥੇ ਚਲੇ ਗਏ, ਚਟਾਈ ਸਾਡੀ ਪਈ ਸੀ ਉੱਡ ਕੇ ਉੱਥੇ ਚਲੀ ਗਈ, ਤੇ ਫਿਰ ਰਾਤ ਸਾਰੀ ਨਾ ਪੱਖਾ ਨਹੀਂ ਚਲਾਉਣਾ ਪਿਆ, ਇੰਨੀ ਹਵਾ ਚੱਲਦੀ ਪਈ ਸੀ। ਹਾਂਜੀ, ਹਾਂ ਕਿਆ ਕਹਿ ਰਿਹਾ ਬਾਰਿਸ਼, ਕਹਿੰਦਾ ਵੈਪਰ ਲੈ ਕੇ ਉਹ ਪਾਣੀ ਕੱਢੀਏ। ਨਹੀਂ ਨਹੀਂ, ਪੌਦਿਆਂ ਨੂੰ ਬਾਰਿਸ਼ ਪੈਣ ਤੋਂ ਛੇੜ, ਪੌਦਿਆਂ ਨੂੰ ਤਾਂ ਪਾਣੀ ਬਾਰਿਸ਼ ਪਵੇ ਆ, ਕਹਿੰਦਾ ਪਿੱਛੇ ਪਰੇਕ ਤੇ ਪਾਣੀ ਜਾਂਦਾ ਪਿਆ। ਜੈਨ ਰਹਿਣ ਦੇ, ਤੁਸੀਂ ਨਹੀਂ ਹਲੇ ਵੈਪਰ ਮਾਰਨਾ, ਤੂੰ ਰਹਿਣ ਦੇ ਹਲੇ, ਵੈਪਰ ਲੈਣ ਦੇ ਤੂੰ। ਇਹਨੂੰ ਕਿੱਦਾਂ ਪਤਾ ਵੀ ਵੈਪਰ ਨਾਲ ਪਾਣੀ ਕੱਢਿਆ, ਪਰ ਜੁੱਤੀ ਪਾ ਨੀਚੇ ਨਹੀਂ ਤਾਂ ਤਿਲਕ ਜਾਏਗਾ, ਉਹਨੇ ਨਹੀਂ ਦੇਣਾ ਮਾਰ, ਉਹਨੇ ਨਹੀਂ ਦੇਣਾ, ਰਹਿਣ ਦੇ ਤੂੰ, ਲੱਗਿਆ ਰਹਿਣ ਦੇ ਮਾਰ, ਉਹ ਗੱਟੂ ਜਿਹਾ ਚੁੱਕ ਲਾ, ਬਸ ਇੱਥੇ ਖਲੋ ਕੇ ਪਾਣੀ ਕੱਢੀ ਜਾ, ਅੱਗੇ ਨਾ ਜਾਈ, ਉੱਧਰ ਉੱਧਰ ਉੱਥੇ ਰੱਖ, ਉੱਧਰ ਉੱਧਰ, ਹੈਂ ਪਾਣੀ ਪੀਣਾ ਕਿ ਬਾਹਰ ਤੂੰ ਖੜਨਾ। ਅੱਛਾ, ਮੈਂ ਨਾ ਮਸਜਿਦ 'ਤੇ ਆ ਰਿਹਾ ਸੀ ਅਤੇ ਦਸ ਚੱਕ 'ਚ ਰੁਕਿਆ ਮੈਂ, ਅਤੇ ਦੁਆਣੇ ਪਏ ਸੀ, ਅਤੇ ਮੈਂ ਉਹਨੂੰ ਭਾਈ ਨੂੰ ਆਖਿਆ, ਮੈਂ ਕਿਹਾ ਵੀ ਭਾਈ ਦੁਆਣੇ ਕੋਈ ਪਏ ਨੇ ਚੱਜਦੇ,
ਠੀਕ ਆ ਨਾ, ਉਹਨੇ ਕਹਿੰਦੇ ਬਈ ਤੁਹਾਡੇ ਖਾਣ ਵਾਲੇ ਨਹੀਂ ਦਵਾਣੇ ਸਹੀ ਨਹੀਂ ਹੈਗੇ। ਅਤੇ ਮਜ਼ਦੇ ਵਾਲਾ ਡਰਾਈਵਰ ਮੁੰਡਾ ਕਹਿੰਦਾ ਯਾਰ ਕਿੰਨਾ ਚੰਗੇ, ਉਹਦੇ ਕੋਲ ਇੰਨੇ ਦਵਾਣੇ ਪਏ ਸੀ ਉਹਨੇ ਨਹੀਂ ਦਿੱਤੇ। ਹਾਂ ਮੈਂ ਆਪਣੇ ਵੇਚਦੇ ਆ। ਉਹਨੇ ਕਹਿੰਦੇ ਯਾਰ ਵਿੱਚੋਂ ਖਰਾਬ ਨਿਕਲਦੇ ਆ, ਠੀਕ ਆ ਨਾ। ਅਤੇ ਕਹਿੰਦਾ ਯਾਰ ਇਸ ਤਰ੍ਹਾਂ ਦੇ ਵੀ ਲੋਕ ਆ ਤੁਹਾਡੇ ਵੱਲ? ਮੈਂ ਕਿਹਾ ਦੇਖ ਲਓ, ਮੈਂ ਕਿਹਾ ਜਦੋਂ ਵੀ ਅਸੀਂ ਮੈਂ ਇਸ ਭਾਈ ਕੋਲੋਂ ਫਰੂਟ ਲਿਆਂਦਾ ਉਹਨੇ ਚੁਣ ਕੇ ਮੈਨੂੰ ਦਿੱਤਾ, ਉਹਨੇ ਕਦੇ ਵੀ ਜਿਹੜਾ ਨਾ ਆਪਣੀ ਮਰਜ਼ੀ ਨਾ ਪਾਇਆ, ਕਦੇ ਵੀ ਉਹਨੇ ਨਹੀਂ ਆਖਿਆ। ਹਾਂਜੀ ਹਾਂਜੀ ਪੱਕਾ ਅਸੀਂ ਲੈਂਦੇ ਸੀ ਅਤੇ ਉਹ ਜਿਹੜਾ ਨਾ ਸਾਨੂੰ ਦਿੰਦਾ ਸੀਗਾ ਆਪਣਾ। ਹਾਂਜੀ ਮੈਨੂੰ ਮੇਰੇ ਨੈਕ ਵੀ ਕਹਿੰਦੇ ਸੀ ਜਦੋਂ ਮੈਂ ਕੰਮ ਕਰਦਾ ਸੀ ਨਾ, ਉਹ ਕਹਿੰਦੇ ਨਸਰੂਲਾ ਤੇਰੀ ਸ਼ੋਪਿੰਗ ਜਿਹੜੀ ਆ ਨਾ ਉਹ ਕਮਾਲ ਦੀ ਆ, ਕਿਸ ਤਰ੍ਹਾਂ ਕਰਦਾ ਤੂੰ? ਮੈਂ ਕਿਹਾ ਗੱਲ ਹੈਗੀ ਹੈ ਖਾਨ ਜੀ, ਇਹ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਚਲੋ ਅਸੀਂ ਕਿਹਾ ਅਸੀਂ ਮਾੜੇ ਸਹੀ, ਲੇਕਿਨ ਮੇਰਾ ਨਾ ਹਾਂਜੀ ਸ਼ੋਪਿੰਗ ਕਰਨ ਦਾ ਇੱਕ ਅਸੂਲ ਆ, ਜਦੋਂ ਪੈਸੇ ਤੁਹਾਡੇ ਨੈਕਾਂ ਦੇ ਪੈਸੇ, ਠੀਕ ਆ ਨਾ, ਅਤੇ ਅਸੀਂ ਜਿਹੜ ਤੋਂ ਵੀ ਮੈਂ ਚੀਜ਼ ਖਰੀਦਦਾ ਉਹਨੂੰ ਕਹਿੰਦਾ ਕਿ ਰੇਟ ਕੀ ਆ, ਉਹ ਕਹਿੰਦਾ ਜੀ ਰੇਟ ਹੈਗਾ 300 ਰੁਪਈਏ। ਮੈਂ ਕਿਹਾ 320 ਰੁਪਈਏ ਲੈ ਲਾ ਮੇਰੇ ਕੋਲੋਂ, ਲੇਕਿਨ ਚੀਜ਼ ਮੈਂ ਆਪਣੀ ਪਸੰਦ ਦੀ ਪਾਉਣੀ ਆ, ਠੀਕ ਆ ਨਾ। ਅਤੇ ਉਹ ਕਹਿੰਦਾ ਫਿਰ ਜਦੋਂ ਕਹਿੰਦਾ ਖਾਨ ਕਹਿੰਦਾ ਕਹਿੰਦਾ ਜਦੋਂ ਤੁਹਾਡੀ ਖਰੀਦੀ ਹੋਈ ਚੀਜ਼ ਦੇਖੀ ਦੀ ਹੈ ਨਾ, ਅਤੇ ਫਿਰ ਜਿਹੜਾ ਨਾ ਕਹਿੰਦਾ ਅਸੀਂ ਸਾਰੇ ਫਿਰ ਕਹਿੰਦੇ ਕਿ ਨਸਰੂਲਾ ਬਹੁਤ ਜ਼ਬਰਦਸਤ ਸ਼ੋਪਿੰਗ ਕਰਦਾ, ਠੀਕ ਹੈ ਨਾ। ਮੈਂ ਕਿਹਾ ਵੀ ਬਸ ਅਸੀਂ ਜਿਹੜਾ ਨਾ ਇਸ ਤਰ੍ਹਾਂ ਹੀ ਖਿਆਲ ਰੱਖੀਦਾ। ਅੱਜ ਮੈਂ ਇੱਕ ਅੰਮੀ ਜੀ ਦਾ ਸੂਟ ਐਲਾ ਕੱਟ ਕੇ ਰੱਖਿਆ ਵਾ, ਇੱਕ ਮੈਂ ਹੁਣ ਆਪਣਾ ਕੱਟਣ ਲੱਗੀ, ਇੱਕ ਮੈਂ ਆਹ ਕੱਟਣਾ, 3 ਸੂਟ ਅੱਜ ਮੈਂ ਕੱਟ ਕੇ ਰੱਖਣਾ। ਜਦੋਂ ਕਿਤੇ ਟਾਈਮ ਲੱਗਿਆ ਫਿਰ ਬੰਦਾ ਸੀ ਲੈਂਦਾ, ਕੱਟਣ ਵਾਲੇ ਪਏ ਹੋਣ ਤਾਂ ਫਿਰ ਬੰਦੇ ਨੂੰ ਉਹ ਵੀ ਰਹਿੰਦਾ ਵਾ ਵੀ ਕੱਟੇ ਪਏ ਹੋਣ ਤਾਂ ਬੰਦਾ ਸੀ ਲੈਂਦਾ ਵਾ। ਕੱਟ ਕੇ ਅਤੇ ਫਿਰ ਸਿਲਾਈ ਅਸਰ ਦੀ ਅਜ਼ਾਨ ਹੋ ਗਈ, ਨਮਾਜ਼ ਵੀ ਪੜ੍ਹਨੀ ਆ, ਅਤੇ ਪਹਿਲੇ ਮੈਂ ਮੁਕੰਮਲ ਕਰ ਲਾਂ ਇਹ ਸੂਟ, ਉਹ ਸਮਝ ਲਾ 2 ਕੱਟ ਹੋ ਚੱਲੇ, 1 ਰਹਿ ਗਿਆ। ਅੱਛਾ ਮੈਂ ਨਾ ਉੱਥੇ ਲਾਹੌਰ ਫਿਰਦਾ ਤੁਰਦਾ ਰਿਹਾ ਨਾ, ਅਤੇ ਉਹ ਜਿਹੜੇ ਫਰਨੀਚਰ ਵਾਲੇ ਸੀ ਉਹਨਾਂ ਨੇ ਵੀ ਕਾਰ ਰੱਖੀ ਸੀ, ਸਾਡਾ ਸੁਡਾ ਛਿੱਲੀਆਂ ਮੁੱਛੀਆਂ ਸੀ, ਅਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਕਾਰ ਤਾਂ ਸਾਰੀਆਂ ਸਾਈਡਾਂ 'ਚ, ਉਹ ਕਹਿੰਦਾ ਲਾਹੌਰ ਸ਼ਹਿਰ 'ਚ ਨਹੀਂ ਬਚਦੀ ਹੈਗੀ, ਕੋਈ ਰਕਸ਼ੇ ਵਾਲਾ ਛਿੱਲ ਦਿੰਦਾ, ਕੋਈ ਰੇਹੜੀ ਵਾਲਾ ਛਿੱਲ ਦਿੰਦਾ, ਠੀਕ ਹੈ ਨਾ, ਲੇਕਿਨ ਸ਼ਹਿਰ 'ਚ ਨਹੀਂ ਬਚਦੀ ਹੈਗੀ ਗੱਡੀ ਜਿਹੜੀ ਹੈ ਨਾ, ਸ਼ਹਿਰ 'ਚ ਬਹੁਤ ਔਖੀ ਡਰਾਈਵਿੰਗ ਆ, ਬਹੁਤ ਔਖੀ ਡਰਾਈਵਿੰਗ ਆ ਜੀ। ਚਲੋ ਜੀ, ਬਹੁਤ ਸਾਰੀਆਂ ਗੱਲਾਂ ਆਪਣੇ ਭੈਣ ਭਰਾਵਾਂ ਨੂੰ ਵੀ ਸ਼ੇਅਰ ਕਰ ਲਈਆਂ, ਤੁਹਾਡੇ ਵੀ ਕਲਿੱਪ ਪਾ ਲਏ, ਅਤੇ ਠੀਕ ਹੈ ਨਾ। ਅਤੇ ਚਲੋ, ਉਮਾਰ ਨੇ ਕੱਲ੍ਹ ਕੰਮ ਕੀਤਾ, ਸੱਟ ਵੀ ਤਾਂ ਤੁਸੀਂ ਲਵਾਈ ਹੈ, ਚੱਕਰ ਖਾ ਕੇ ਗਿਰ ਗਏ ਹੋ। ਇਹਨੂੰ ਨਾ ਕੋਈ 1 ਗਲਾਸ ਦੁੱਧ ਦੇਖੇ, ਕਿੰਨਾ ਕਮਜ਼ੋਰ ਹੋ ਗਿਆ ਦੇਖੇ, ਦੇ ਨਾ ਹੱਡੀਆਂ ਨਿਕਲੀਆਂ। ਇਹਨੂੰ ਕਿਹਾ 1 ਗਲਾਸ ਦੁੱਧ ਦਾ ਨਾ ਇਹਨੂੰ ਦੇ ਦਿਆ ਕਰ, ਠੀਕ ਹੈ ਨਾ। 1 ਗਲਾਸ ਡੇਲੀ 1 ਗਲਾਸ ਦੁੱਧ ਦਾ ਪੀਵੇ, ਤਾਂ ਜਾ ਕੇ ਇਹਨੇ ਸਿਹਤਮੰਦ ਹੋਣਾ। ਬਿਜਲੀ ਚਲੇ ਗਈ, ਚਲੋ ਜੀ ਠੀਕ ਹੋ ਗਿਆ। ਅੱਛਾ ਜੀ, ਅੱਛਾ, ਵਾਹ, ਅਸੀਂ ਅੰਦਰ ਸੀ। ਮੈਂ ਕਹਿੰਦਾ ਕਿ ਇਹ ਮੁੰਡਾ ਨਹੀਂ ਨਜ਼ਰ ਆਉਂਦਾ ਮੇਰਾ, ਮੁੰਡਾ ਕਿੱਥੇ ਗਿਆ? ਅਤੇ ਮੁੰਡਾ ਸਾਹਿਬ ਹੁਣੀ ਜਿਹੜਾ ਨਾ ਛੱਤਰੀ ਲੈ ਕੇ ਤੁਰੇ ਫਿਰਦੇ ਆ, ਵਾਹ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਇੱਕ ਬੱਦਲ ਗੜਕਦੇ ਪਏ, ਬਿਜਲੀ ਚਮਕਦੀ ਪਈ, ਅਤੇ ਕਹਿੰਦਾ ਡੇਰੇ ਜਾਣਾ। ਮੈਂ ਕਿਹਾ ਬਾਰਿਸ਼ ਪੈਂਦੀ ਪਈ ਆ, ਅਸੀਂ ਨਹੀਂ ਜਾ ਸਕਦੇ ਹੈਗੇ, ਅਤੇ ਤੁਸੀਂ ਰੋਟੀ ਬਣਾ ਲਓ ਟਾਈਮ ਨਾਲ, ਖਾ ਲਈਏ, ਬਿਜਲੀ ਚਲੇ ਜਾਵੇ ਕੋਈ ਪਤਾ ਨਹੀਂ ਹੈਗਾ, ਤੁਸੀਂ ਰੋਟੀ ਬਣਾ ਲਓ, ਅਤੇ ਤੁਸੀਂ ਇਹਨੂੰ ਦਿਓ ਨਾ ਮੈਨੂੰ, ਮੈਂ ਇਹਨੂੰ ਆ ਲਓ, ਇਹਨੂੰ ਫੋਨ ਦਿੰਦੇ ਹਾਂ, ਜਾ ਲੈ ਜਾ ਇਹਨੂੰ ਅੰਮਾ ਘਰ ਲੈ ਜਾ ਜੀ। ਹੁਣ ਚੱਲਦੇ ਹਾਂ ਜੀ, ਜਿਹੜਾ ਨਾ ਮੈਂ 2 ਦਿਨ ਇੱਥੇ ਨਹੀਂ ਸੀ ਹੈਗਾ, ਮੈਂ ਲਾਹੌਰ ਗਿਆ ਹੋਇਆ ਸੀ। ਹੁਣ ਚੱਲਦੇ ਹਾਂ ਕੋਈ ਕੁਰਬਾਨੀ ਵਾਸਤੇ, ਲੀਲਾ ਬੱਕਰਾ ਦੇਖਦੇ ਹਾਂ, ਅਤੇ ਮੈਂ ਜਿਹੜਾ ਨਾ
ਜਾ ਕੇ ਆਉਂਦਾ ਅਤੇ ਫਿਰ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਦੇ ਹਾਂ ਜੀ। ਅਤੇ ਅਸੀਂ ਕਿਉਂਕਿ ਬੱਚੇ ਵੀ ਕਹਿੰਦੇ ਆ ਕਿ ਸਾਡੇ ਕੋਲ ਜਲਦੀ ਜਲਦੀ ਪੱਪਾ ਲਿਆ ਅਤੇ ਅਸੀਂ ਉਹਦੇ ਨਾਲ ਖੇਡਣਾ ਵਾ, ਅਸੀਂ ਉਹਨੂੰ ਚਾਰਨਾ ਵਾ, ਅਸੀਂ ਉਹਦੀਆਂ ਰੱਸੀਆਂ ਰੁੱਸੀਆਂ ਖਿੱਚਣੀਆਂ। ਅਤੇ ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਅਤੇ ਮੈਂ ਕਿਹਾ ਵੀ ਚਲੋ ਜ਼ਰੂਰ ਠੀਕ ਆ ਅਤੇ ਹੁਣ ਚੱਲਦੇ ਹਾਂ ਜੀ ਉੱਧਰ ਜਿਹੜਾ ਨਾ ਗਾਉਂ 'ਚ ਆਪਣੇ 'ਚ ਕਿਸੇ ਨੂੰ ਪੁੱਛ ਦੱਸ ਕਰਦੇ ਹਾਂ। ਅੱਛਾ ਜੀ, ਇਸ ਵਕਤ ਜਿਹੜਾ ਨਾ ਮੈਂ ਕਿਹਾ ਵੀ ਆਪਣੇ ਮੈਂ ਆਇਆ ਸੀ ਦੋ ਦਿਨ ਬਾਅਦ ਅਤੇ ਦੇਖ ਲਵਾਂ ਵੀ ਉਹ ਮਾਰਨੇ ਪਿੱਛੇ ਪਾਣੀ ਛਾਣੀ ਇਹਨਾਂ ਨੂੰ ਲਾਇਆ ਕਿ ਨਹੀਂ ਲਾਇਆ ਅਤੇ ਪੌਦਿਆਂ ਦੀ ਕੀ ਹਾਲ ਆ। ਅਤੇ ਇਹ ਅਸੀਂ ਸ਼ੈੱਡ ਉਤਾਰ ਦਿੰਦੇ ਹਾਂ ਕਿਉਂਕਿ ਅਗਰ ਬਾਰਿਸ਼ ਬੁਰਿਸ਼ ਆਵੇ ਨਾ, ਮੀਂਹ ਹਨੇਰੀ ਆਵੇ ਜਾਂ ਤੇਜ਼ ਹਵਾ ਆਵੇ ਤਾਂ ਫਿਰ ਇਹ ਫੜਦਾ ਨਹੀਂ ਹੈਗਾ, ਅਤੇ ਇਸ ਕਰਕੇ ਜਿਹੜਾ ਨਾ ਇਹਨੂੰ ਉਤਾਰ ਦਿੱਤਾ ਵਾ। ਅਤੇ ਜੀ ਅਸੀਂ ਇਹ ਸਾਰਾ ਸੀਨ ਆਪਣੇ ਦੇਖਣ ਵਾਲੇ ਭੈਣ ਭਰਾਵਾਂ ਨਾਲ ਸ਼ੇਅਰ ਕਰ ਲਿਆ ਅਤੇ ਹੁਣ ਬੇਗਮ ਬਣਾਉਣ ਲੱਗੀ ਹੈ ਰੋਟੀ ਅਤੇ ਜੀ ਖਾਣਾ ਖਾਵਾਂਗੇ। ਸ਼ਾਮ ਹੋ ਗਈ ਆ ਅਤੇ ਸਾਡੇ ਨਾਲ ਅੱਜ ਚੱਕ 'ਚ ਸੀ ਬਾਈ ਜਵਾਨ ਸੀ ਅਤੇ ਅਟੈਕ ਹੋਇਆ ਅਤੇ ਉਹ ਅੱਲਾਹ ਨੂੰ ਪਿਆਰੇ ਹੋ ਗਏ। ਹੁਣ ਮੈਂ ਨਮਾਜ਼ੀ ਜਨਾਜ਼ਾ ਅਦਾ ਕਰਕੇ ਆਇਆ ਅਤੇ ਜੀ ਅਤੇ ਹੁਣ ਜਿਹੜਾ ਨਾ ਸ਼ਾਮ ਦਾ ਟਾਈਮ ਆ, ਘਰ ਪਹੁੰਚ ਗਏ ਹਾਂ। ਹੁਣ ਅਸੀਂ ਸ਼ਾਮ ਹੋ ਗਈ ਅਤੇ ਹੁਣ ਅਸੀਂ ਖਾਣਾ ਛਾਣਾ ਖਾਵਾਂਗੇ ਅਤੇ ਆਪਣੇ ਭੈਣ ਭਰਾਵਾਂ ਨਾਲ ਮੈਂ ਇੱਕ ਵਲੋਗ ਸ਼ੇਅਰ ਕੀਤਾ ਜਾਵੇ ਅਤੇ ਨਾਲੇ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸਾਂ ਕਿ ਅਸੀਂ ਜਿਹੜਾ ਨਾ ਮਜ਼ੀਦ ਘਰ ਨੂੰ ਹੁਣ ਡੈਕੋਰੇਟ ਕਰਾਂਗੇ ਜੀ। ਇਹ ਸਾਰੀਆਂ ਜਿਹੜੀਆਂ ਤਾਰਾਂ ਸ਼ਾਰਾਂ ਲਟਕਦੀਆਂ ਪਈਆਂ ਨਾ, ਇਹਨਾਂ ਨੂੰ ਵੀ ਅਸੀਂ ਕਲੋਜ਼ ਕਰਾਂਗੇ। ਅੱਜ ਹੀ ਬਾਰਿਸ਼ ਪਈ ਆ ਅਤੇ ਅੱਜ ਹੀ ਮਾਸ਼ਾਅੱਲਾ ਕੱਦੂ ਜਿਹੜੇ ਆ ਨਾ ਉਹ ਲੱਗਣੇ ਸ਼ੁਰੂ ਹੋ ਗਏ। ਵਾਹ ਵੀ ਵਾਹ, ਬੇਗਮ ਨੂੰ ਕਿਹਾ ਹੀ ਨਹੀਂ ਹੈਗਾ ਕਿ ਕਰੇਲੇ ਤਾਂ ਤੁਸੀਂ ਦੇਖ ਲੈਂਦੇ ਕਿ ਕਰੇਲੇ ਜਿਹੜੇ ਆ ਜੇ ਲੱਗੇ ਹੋਏ ਤਾਂ ਚਲੋ ਇੱਕ ਹਾਂਡੀ ਕਰੇਲਿਆਂ ਦੀ ਬਣ ਜਾਂਦੀ, ਅਤੇ ਕੱਦੂ ਨੇ ਮਾਸ਼ਾਅੱਲਾ ਫੁੱਲ ਜਿਹੜੇ ਆ ਨਾ ਉਹ ਚੱਕ ਲਏ ਆ ਅਤੇ ਠੰਡ ਦੀ ਵਜ੍ਹਾ ਤੋਂ। ਅਤੇ ਹੁਣ ਅਸੀਂ ਜਿਹੜਾ ਨਾ ਦੇਖ ਲਈਏ ਦੁਆਣੇ ਲਾਏ ਹੋਏ ਸੀ ਮੈਂ ਅਤੇ ਇਹ ਕੱਦੂ ਛੋਟੇ ਛੋਟੇ ਆ, ਦੇਖੋ ਜ਼ਬਰਦਸਤ ਕੱਦੂ ਜਿਹੜੇ ਆ ਨਾ ਉਹ ਲੱਗੇ ਹੋਏ ਆ ਇਸ। ਵਾਹ ਜੀ ਵਾਹ, ਵਾਹ ਜੀ ਵਾਹ, ਜ਼ਬਰਦਸਤ ਹੈ ਦੁਆਣਾ ਇਹਦਾ ਬਿਲਕੁਲ, ਜਿਹੜਾ ਨਾ ਉਹ ਜਿਸ ਤਰ੍ਹਾਂ ਸ਼ਹਿਰ 'ਚ ਪਏ ਆ ਨਾ ਉਸ ਤਰ੍ਹਾਂ ਦਾ ਇਹ ਦੁਆਣਾ ਨਜ਼ਰ ਆਉਂਦਾ। ਬਾਕੀ ਵੀ ਵਿੱਚ ਹੁਣ ਵੇਲਾਂ ਦੇ ਛੁੱਪ ਛੱਪ ਗਏ ਆ, ਬਾਰਿਸ਼ ਸ਼ੁਰੂ ਆ, ਬਾਰਿਸ਼ ਪੈਂਦੀ ਪਈ ਆ ਜੀ। ਇਹ ਸੀਨ ਸੀ ਜਿਹੜਾ ਅਸੀਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕੀਤਾ। ਹਾਂਜੀ ਅੱਛਾ ਜੀ, ਅਸੀਂ ਅੱਜ ਕੋਈ ਵੀ ਚੀਜ਼ ਸੈੱਟ ਨਹੀਂ ਕਰ ਪਾਏ, ਜਿਸ ਤਰ੍ਹਾਂ ਸਮਾਨ ਲਿਆ ਕੇ ਜਿੱਥੇ ਜਿੱਥੇ ਲਾ ਕੇ ਰੱਖਿਆ ਨਾ ਉੱਥੇ ਉੱਥੇ ਪਿਆ ਵਾ, ਕਿਉਂਕਿ ਅੱਜ ਇੱਕ ਤਾਂ ਸਾਨੂੰ ਉਹ ਮਿਲਿਆ ਨਹੀਂ ਗਿਆ ਜਿਵੇਂ ਸਾਨੂੰ ਬੈੱਡ ਫਿਟਿੰਗ ਕਰਕੇ ਦੇਣੀ ਉਹਨੇ ਸੁਬਹ ਦਾ ਵਾਅਦਾ ਕੀਤਾ, ਅਤੇ ਦੂਸਰੀ ਗੱਲ ਇਹ ਆ ਕਿ ਇਹਨਾਂ ਦੀ ਵੀ ਤਬੀਅਤ ਥੋੜ੍ਹੀ ਠੀਕ ਨਹੀਂ ਸੀ ਹੈਗੀ ਕਿਉਂਕਿ ਸਫ਼ਰ ਕੀਤਾ ਹੋਇਆ ਸੀ, ਇਸ ਕਰਕੇ ਨਾ ਸਫ਼ਰ ਵੀ 8:30 ਦੇ ਬੈਠੇ ਹਾਂ ਸੁਬਹ, ਇੱਥੇ ਤੁਹਾਡੇ ਸਾਹਮਣੇ ਜਿੰਨੇ ਵਜੇ ਪਹੁੰਚੇ ਹਾਂ। ਹਾਂਜੀ ਹਾਂਜੀ, ਇਸ ਕਰਕੇ ਅਤੇ ਫਿਰ ਹੁਣ ਜਿਸ ਇਸ ਤਰ੍ਹਾਂ ਜਿੱਦਾਂ ਪਈਆਂ ਇਨਸ਼ਾ ਅੱਲਾ ਸੁਬਹੋਂ ਆਪਣੇ ਭੈਣ ਭਰਾਵਾਂ ਸ਼ੇਅਰ ਕਰਾਂਗੇ, ਇਹਨੂੰ ਸੈੱਟ ਕਰਕੇ ਬੈੱਡ ਦਿੱਤਾ ਰੱਖ ਕੇ ਬੈੱਡ ਸ਼ੀਟਾਂ ਪਾ ਕੇ, ਮੈਂ ਕਹਿੰਦੀ ਹਾਂ ਕੈਸਰੂਮ ਦਾ ਬੈੱਡ ਮੈਂ ਇਸ ਸਾਈਡ 'ਤੇ ਰੱਖ ਦਿੰਦੀ ਹਾਂ। ਕਿੱਦਾਂ ਇਸ ਸਾਈਡ 'ਤੇ ਬੈੱਡ ਆਹ ਜਿਹੜੇ ਪਾਸਾ ਨਾ, ਅਗਰ ਇਸ ਪਾਸੇ ਬੈੱਡ ਰੱਖਦੇ ਹਾਂ ਅਤੇ ਇਸ ਪਾਸੇ ਦਰਵਾਜ਼ੇ ਵਾਲੀ ਸਾਈਡ 'ਤੇ ਕੁਛ ਨਹੀਂ ਮਿਲਣਾ, ਫਿਰ ਇੱਥੋਂ ਲੱਗ ਕੇ ਨਾ ਸੋਫਾ ਇਸ ਰੂਮ 'ਚ ਕਰ ਦਿੰਦੀ। ਉਹਦੀਆਂ ਬੈੱਡ ਦੀਆਂ ਲੱਤਾਂ ਕਿੱਧਰ ਨੂੰ ਕਰੇਂਗੀ? ਇੱਧਰ। ਅੱਛਾ, ਉੱਧਰੋਂ ਇੱਧਰ ਨੂੰ ਰੱਖ ਲਵਾਂ ਬੈੱਡ, ਅਤੇ ਇਸ ਰੂਮ 'ਚ ਨਾ ਇੱਥੇ ਇਸ ਤਰ੍ਹਾਂ
ਯਾਨੀ ਤੁਹਾਡਾ ਕਹਿਣ ਦਾ ਮਕਸਦ ਹੈ ਇਹ ਸਾਹਮਣੇ ਇੱਧਰ ਬੈਠਾ ਜੀ, ਇੱਥੇ ਤੱਕ ਬੈਠਾ ਜੂਗਾ ਦਰਵਾਜ਼ੇ ਤੱਕ, ਇਹ ਜਗ੍ਹਾ ਤੁਸੀਂ ਸਾਰੀ ਸਾਰੀ ਤੁਹਾਡੀ ਜਗ੍ਹਾ ਖਾ ਲਈ। ਅਗਰ ਇਸ ਸਾਈਡ ਤੇ ਬੈਡ ਰੱਖਦੇ ਆ ਨਾ ਤੇ ਰੱਖ ਕੇ ਦੇਖਣ ਨੂੰ ਸੁਬਹ ਇੱਧਰ ਅੱਛਾ ਲੱਗਦਾ ਕਿ ਨਹੀਂ ਅੱਛਾ ਲੱਗਦਾ। ਅਗਰ ਇਸ ਸਾਈਡ ਤੇ ਰੱਖ ਦੇ ਤੇ ਇਸ ਸਾਈਡ ਤੇ ਸਿਰਫ ਇੰਨੀ ਕੀ ਦੀਵਾਰ ਆ ਕਿ ਕੁਛ ਨਹੀਂ ਆਉਂਦਾ। ਤੇ ਇਸ ਦੀਵਾਰ ਨਾਲ ਵੀ ਦੋ ਚੀਜ਼ਾਂ ਨਹੀਂ ਆਉਂਦੀਆਂ, ਫਿਰ ਇਸ ਦੀਵਾਰ ਨਾਲ ਆਹ ਅਲਮਾਰੀ ਸ਼ੋਕੇਸ ਵਾਲੀ ਤੇ ਡਰੈਸਿੰਗ ਦੋ ਚੀਜ਼ਾਂ ਆ ਜਾਂਦੀਆਂ ਨਾ ਤੇ ਫਿਰ ਸਹੀ ਸੀ ਨਹੀਂ ਆਉਂਦੀਆਂ, ਮੈਂ ਮਿਲ ਕੇ ਦੇਖੀਆਂ। ਚਲੋ ਤੇ ਸੁਬਹ ਦੇਖਾਂਗੇ ਕੀ ਬਣਦਾ ਕੀ ਨਹੀਂ ਬਣਦਾ। ਚਲੋ ਠੀਕ ਹੋ ਗਿਆ ਆਪਣੇ ਬੇਟਾ, ਇਹ ਤੇ ਨਹੀਂ ਇਸ ਤੇ ਨਹੀਂ ਬਣਾਉਣਾ ਹੈ ਤੇ ਆਪਣੇ ਵਲੌਗ ਦਾ ਫਾਰਮੈਟ ਉਹ ਕਿੰਨਾ ਆਫਿਸ ਬਾਹਰ ਬਹੁਤ ਜ਼ਿਆਦਾ ਬੱਦਲ ਬਾਰਿਸ਼ ਬਿਜਲੀ ਚਮਕ ਰਹੀ ਆ ਤੇ ਅਸੀਂ ਅੱਜ ਤਿਉਹਾਰ 'ਚ ਪੈਣ ਲੱਗੇ ਹਾਂ, ਬਾਹਰ ਸਭ ਕੁਛ ਸਰਦੀ ਬਣ ਗਈ ਹੈ। ਚੱਲ ਸ਼ੁਕਰ ਆ ਅੱਲਾ ਦਾ ਸਾਡੇ ਪੌਦੇ ਤਾਂ ਜੀ ਗਏ। ਇਸ ਮੈਂ ਕਿਹਾ ਵੀ ਅਸੀਂ ਬੜਾ ਸਾਰਾ ਅੱਧਾ ਕਿਲੋ ਤੋਂ ਜ਼ਿਆਦਾ ਹੀ ਸੀਗਾ ਤੇ ਮੈਂ ਕਿਹਾ ਚਲੋ ਨਾ ਇੱਕ ਮੈਨੂੰ ਕੋਈ ਨਾ ਬਰਫ਼ ਕੁੱਟ ਦਿਉ ਅਤੇ ਮੈਂ ਬਣਾ ਲਾ। ਵੈਸੇ ਨਾ ਮੇਰਾ ਮਿਲਕ ਸ਼ੇਕ ਬਣਾਉਣ ਤੋਂ ਦਿਲ ਚੱਲਿਆ, ਮੈਨੂੰ ਸਭ ਤੋਂ ਨਾ ਬਰਫ਼ ਕੁੱਟਣੀ ਮੁਸ਼ਕਿਲ ਲੱਗਦੀ, ਬਾਕੀ ਤਾਂ ਆਪਾਂ ਸਾਰੇ ਖਾ ਲੈਂਦੇ। ਬਸ ਉਮਾਰ ਬੇਟਾ ਯਾਦਨ ਬੇਟਾ ਕਰ ਲਿਆ ਤੋ ਬਰਫ਼ ਕੁੱਟ ਕੇ ਯਾਦਨ ਦਊਗੀ ਤੇ ਜਾਂ ਮਾਰ ਦਊਗਾ ਤੇ ਫਿਰ ਮੈਂ ਬਣਾਉਣਾ ਨਹੀਂ। ਚੱਜ ਤੋਂ ਬਾਅਦ ਮੈਂ ਘਰ 'ਚ ਮੈਂ ਗਈ ਹੁਣ ਮੈਂ ਪਾਣੇ ਉਹਦੇ ਨਾਲ ਜੂਸ ਬਣਨਾ, ਕਿਉਂਕਿ ਖਾਣ ਨਾਲੋਂ ਇਸ ਤਰ੍ਹਾਂ ਜ਼ਿਆਦਾ ਸਹੀ ਰਹਿ ਜਾਂਦਾ ਵਾ। ਨਹੀਂ ਨਹੀਂ ਇਹ ਚੀਜ਼ ਚਲੋ ਸਾਡੇ ਵਰਗਾ ਵੀ ਗਲਾਸ ਪੀ ਲੈਂਦਾ ਵਾ। ਹਾਂਜੀ ਮੈਂ ਕੋਲ ਨਹੀਂ ਤਾਂ ਇਕੱਲਾ ਇੱਕ ਮਾਰ ਜਾ ਕਰਦਾ ਕਿ ਬਸ ਖਾ ਲਿਆ। ਸਹੀ ਚਲੋ ਜੀ ਠੀਕ ਹੋ ਗਿਆ, ਥੈਂਕ ਯੂ ਜੀ। ਜਲਦੀ ਜਲਦੀ ਬਣਾਓ ਅਸੀਂ ਆਪਣਾ ਸੁਬਹ ਵਲੌਗ ਬਣਾਵਾਂਗੇ ਅਸੀਂ ਜਿਹੜੀਆਂ ਲਾਈਟਾਂ ਲਿਆਉਂਦੀਆਂ ਜਾਂ ਇਸ ਤਰ੍ਹਾਂ ਦੀਆਂ ਨਹੀਂ, ਅਸੀਂ ਸੁਬਹ ਹੀ ਬਣਾਵਾਂਗੇ, ਅਗਲੇ ਦਿਨ ਬਣਾਵਾਂਗੇ ਸੁਬਹ ਦੀ ਆ ਵੀ ਖਲਾਰਾ ਪਾਣਾ ਲਾਣੇ ਵਾਲੇ ਭਾਈ ਨੇ ਅਗਲੇ ਦਿਨ। ਬਿਲਕੁਲ ਸਹੀ ਹੋ ਗਿਆ, ਅਸੀਂ ਅੱਜ ਇੱਥੇ ਪੈਣ ਲੱਗੇ ਤਾਂ ਪਤਾ ਨਾ ਕਿੰਨਾ ਸਮਾਨ ਅੱਜ ਹਾਲ ਨੇ ਮਾਸ਼ਾ ਅੱਲਾ ਸੁੱਜਿਆ ਹੋਇਆ ਵਾ। ਇੱਕ ਦੋ ਤਿੰਨ ਚਾਰ ਪੰਜ ਛੇ ਮੱਛੀਆਂ ਵਾ ਅਤੇ ਬਾਕੀ ਸਾਡਾ ਦੂਸਰਾ। ਓਏ ਬੇਟਾ ਇੱਥੋਂ ਛਾਲਾ ਮਾਰਨਾ ਚੋਟ ਲੱਗ ਜਾਏਗੀ। ਹਾਂਜੀ ਜੀ ਬਾਰਿਸ਼ ਹੋ ਰਹੀ ਹੈ ਹਜੇ ਵੀ ਅਤੇ ਸ਼ਾਮ ਦਾ ਟਾਈਮ। ਹਾਂਜੀ ਹਾਂਜੀ ਮੈਂ ਆ ਗਿਆ। ਜੀ ਮਿਲਕ ਸ਼ੇਕ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਆ, ਬਹੁਤ ਜ਼ਿਆਦਾ ਪਸੰਦ ਆ। ਅੱਛਾ ਜਿੰਨਾ ਤੁਸੀਂ ਮਜ਼ੇਦਾਰ ਬਣਾਉਂਦੇ ਹੋ ਨਾ, ਕਿਉਂ ਬੇਟਾ ਨਾ ਕਰ ਮਿਲਕ ਸ਼ੇਕ ਅਸੀਂ ਹੁਣ ਪੀਣ ਲੱਗੇ। ਜਿਹੜੇ ਭੈਣ ਭਰਾ ਨੇ ਮਿਲਕ ਸ਼ੇਕ ਪੀਣਾ ਉਹ ਸਾਡੇ ਨਾਲ ਛੱਡਣਾ ਜ਼ਰੂਰ ਆ ਜਾਓ। ਠੀਕ ਹੈ ਜੀ ਥੈਂਕ ਯੂ। ਅਤੇ ਇਹ ਮਿਲਕ ਸ਼ੇਕ ਬਣਾਇਆ, ਵੀਡੀਓ ਤਾਂ ਇੱਥੇ ਹੀ ਐਡ ਕਰਦੇ ਹਾਂ। ਜਲਦ ਚਾਹੁੰਦੇ ਇਨਸ਼ਾਅੱਲਾ ਫਿਰ ਮਿਲਾਂਗੇ ਨੈਕਸਟ ਵੀਡੀਓ 'ਚ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ, ਅੱਲਾ ਹਾਫਿਜ਼।